ਕਪੂਰ ਦੇ ਨਜ਼ਦੀਕੀ ਪਿੰਡ ਬਿਨ ਬਾਲਕਾ ਦੇ ਵਾਸੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਬੀਤੇ ਪਿਛਲੇ ਕੁਝ ਦਿਨ ਪਹਿਲਾਂ ਪਿੰਡ ਬਿਨ ਬਾਲਕਾ ਵਿੱਚ ਪੈਂਦੇ ਗੁੱਜਰਾਂ ਦੇ ਡੇਰੇ ਤੋਂ ਇੱਕ ਮਸ਼ਹੂਰ ਨਾਮਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੂਚਨਾ ਦੇ ਆਧਾਰ 'ਤੇ ਆਈਸੋਲੇਟ ਕੀਤਾ ਗਿਆ ਸੀ, ਜਿਸ ਦੀ ਕੋਰੋਨਾ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਡਾਕਟਰ ਕਮਲ SMO ਸਿਵਲ ਹਸਪਤਾਲ ਪਿੰਡ ਕਾਲਾ ਬੱਕਰਾ ਨੇ ਕੀਤੀ। ਇਸ ਮੌਕੇ ਮਸ਼ਹੂਰ ਨਾਲ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਦਾ ਰਵੱਈਆ ਬਿਲਕੁਲ ਸਹੀ ਸੀ ਅਤੇ ਸਮੇਂ ਸਿਰ ਦਵਾਈਆਂ ਦਿੱਤੀਆਂ ਗਈਆਂ। ਅੱਜ ਅਸੀਂ ਉਸ ਪਿੰਡ ਪਹੁੰਚੇ ਹਾਂ KDDD ਟੀਮ, ਜੋ ਕਿ ਜਿਹੜਾ ਮਸ਼ਹੂਰ ਨਾਂ ਦਾ ਵਿਅਕਤੀ ਸੀ, ਗੁਜਰਾਂ ਡੇਰੇ ਤੋਂ ਬਿਲੋਂਗ ਕਰਦਾ ਸੀ। ਬਿਰਪਾਲਕਾ ਪਿੰਡ ਦੇ ਵਿੱਚ ਇੱਕ ਗੁਜਰਾਂ ਡੇਰਾ, ਜਿਹੜਾ ਕਿ ਕਾਫੀ ਦਿਨਾਂ ਤੋਂ ਸਾਡੇ ਏਰੀਏ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਪਤਾ ਨਹੀਂ ਇਸ ਵਿਅਕਤੀ ਦੀ ਕੀ ਰਿਪੋਰਟ ਆਉਣੀ ਹੈ ਕਰੋਨਾ ਵਾਇਰਸ ਨਾਲ ਕਰਕੇ ਸ਼ੱਕ ਦੇ ਆਧਾਰ 'ਤੇ ਉਹਨੂੰ ਮਹਿਕਮਾ ਲੈ ਕੇ ਗਿਆ ਸੀ। ਸੋ ਅਸੀਂ ਅੱਜ ਇਹਨਾਂ ਗੱਲ ਕਰਦੇ ਹਾਂ ਕਿ ਤੁਹਾਡੇ ਨਾਲ ਕਿੱਦਾਂ ਦਾ ਵਿਤਕਰਾ ਹੋਇਆ, ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ। ਆਓ ਜੀ ਗੱਲ ਕਰਦੇ ਹਾਂ ਇਹਨਾਂ ਬੰਦਿਆਂ ਨਾਲ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਮਸ਼ਹੂਰ ਹੈ ਜੀ। ਜਦੋਂ ਤੁਸੀਂ ਇੱਥੇ ਕਦੋਂ ਆਏ ਆ? ਮੈਂ ਇੱਥੇ 27 ਤਰੀਕ ਨੂੰ ਆਇਆ ਸੀ। ਹਾਂਜੀ ਹਾਂਜੀ, ਹੁਣ ਕਦੋਂ ਆਏ ਇੱਥੇ? ਹੁਣ ਅਭੀ ਆਏ ਆ। ਅੱਛਾ ਜੀ, 10 ਮਿੰਟ ਹੋ ਗਏ ਜੀ। ਕੌਣ ਛੱਡ ਕੇ ਗਿਆ ਤੁਹਾਨੂੰ? ਐਂਬੂਲੈਂਸ ਵਾਲੇ ਛੱਡ ਕੇ ਗਏ। ਐਂਬੂਲੈਂਸ ਵਾਲੇ ਛੱਡ ਗਏ? ਉਹ ਕਿੱਥੋਂ ਆਈ ਸੀ ਜਿਹੜੀ ਛੱਡ ਕੇ ਗਈ ਗੱਡੀ? ਉਹ ਉੱਥੋਂ ਆਏ ਸੀ, ਹਸਪੀਟਲ ਤੋਂ ਆਈ। ਸਰਕਾਰੀ ਗੱਡੀ ਸੀ? ਹਾਂਜੀ ਸਰਕਾਰੀ। ਕੀ ਕਹਿਣਾ ਚਾਹੁੰਦੇ ਲੋਕ, ਕੀ ਤੁਹਾਡੀ ਜਿਹੜੀ ਰਿਪੋਰਟ, ਕੀ ਡਾਕਟਰ ਕੀ ਕਹਿੰਦੇ ਆ? ਸਹੀ ਕਹਿੰਦੇ, ਬਿਲਕੁਲ ਸਹੀ ਆ, ਕੋਈ ਮਤਲਬ ਕਿ ਚੰਗੀ ਮਾੜੀ ਗੱਲ ਕੋਈ ਨਹੀਂ ਹੈ। ਹਾਂ ਸਹੀ ਆ ਗਈ। ਅੱਛਾ। ਹਾਂਜੀ, ਸ਼ੱਕ ਮੁਤਾਬਕ ਚੱਕਿਆ ਗਿਆ ਸੀ। ਹਾਂ ਸਹੀ ਆ ਗਈ ਰਿਪੋਰਟ। ਕੀ ਡਾਕਟਰ ਕੀ ਕਹਿੰਦੇ ਤੁਹਾਨੂੰ? ਡਾਕਟਰ ਕਹਿੰਦੇ ਠੀਕ ਠਾਕ ਹੈ ਤੁਸੀਂ, ਬਾਕੀ ਛੁੱਟੀ ਮਿਲ ਗਈ ਤੁਹਾਨੂੰ ਅੱਜ। ਹਾਂ ਹਾਂ, ਤੇ ਤੁਹਾਨੂੰ ਜੋ ਉੱਥੇ ਦਵਾਈਆਂ ਵਗੈਰਾ ਦਿੱਤੀਆਂ ਉਹ ਸਹੀ ਦਿੱਤੀਆਂ? ਸਹੀ ਦਿੱਤੀਆਂ ਦਵਾਈਆਂ। ਤੇ ਖਾਣਾ ਵਗੈਰਾ? ਖਾਣਾ ਸਾਣਾ ਸਭ ਕੁਝ ਠੀਕ ਦਿੱਤਾ ਜੀ। ਕੀ ਤੁਹਾਨੂੰ ਉਹਨਾਂ ਨੇ ਕਿਹਾ ਜਦੋਂ ਤੁਸੀਂ ਪਹਿਲੇ ਵਾਰੀ ਗਏ ਸੀ, ਉਦੋਂ ਕੀ ਹੋਇਆ ਸੀ? ਉਦੋਂ ਉਹਨਾਂ ਨੇ ਗਿਆ ਸੀ, ਅਸੀਂ ਉਹਨਾਂ ਨੇ ਟੈਸਟ ਲਏ ਸੀ ਸਾਡੇ, ਤੇ ਟੈਸਟ ਲੈ ਕੇ ਫਿਰ ਉਹਨਾਂ ਨੇ ਸਾਨੂੰ ਆਪਣੇ ਆਪਣੇ ਬੈੱਡ 'ਤੇ ਭੇਜਤਾ ਜੀ। ਹਾਂ, ਫਿਰ ਟੈਸਟ ਆਏ ਵਾਪਸ, ਖਾਣਾ ਦਾਣਾ ਸਭ ਹੀ ਮਿਲਿਆ, ਸਭ ਕੁਝ ਠੀਕ ਹੋ ਗਿਆ ਇੱਥੇ। ਹਾਂ, ਤੇ ਤੁਸੀਂ ਹੁਣ ਜੋ ਜਿਹੜੇ ਏਰੀਏ ਦੇ ਆਪਣੇ ਲੋਕ ਆ ਜਾਂ ਆਪਣੇ ਪੰਜਾਬ ਦੇ ਲੋਕ ਆ ਜਾਂ ਹੋਰ ਵੀ ਲੋਕ ਹੈਗੇ ਆ, ਤੁਹਾਨੂੰ ਉਹ ਕਹਿੰਦੇ ਗੁਜਰਾਂ ਡੇਰੇ ਤੋਂ ਲੈ ਕੇ ਗਏ ਇਸ ਵਿਅਕਤੀ ਨੂੰ, ਤੁਸੀਂ ਉਹਨਾਂ ਨੂੰ ਹੁਣ ਕੀ ਕਹਿਣਾ ਚਾਹੁੰਦੇ ਆ? ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਅਸੀਂ ਠੀਕ ਠਾਕ ਆ, ਧੰਨਵਾਦ ਆ ਸਾਡਾ। ਅੱਛਾ ਜੀ। ਹਾਂਜੀ, ਪਿੰਡ ਬਿਨ ਬਾਲਕਾ ਤੋਂ ਬਾਬਾ ਸੁਰਜੀਤ ਸਿੰਘ ਦੀ ਰਿਪੋਰਟ, KDDD ਨਿਊਜ਼ TV, ਭੋਗਪੁਰ।